ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀਨਿਟਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਹੁਤ ਸੌਖਾ ਡਿਜ਼ਾਈਨ ਹੈ ਜੀ ਅੱਜ ਵਾਲਾ ਵੀ ਆਪਣਾ ਡਿਜ਼ਾਈਨ ਬਣਾਉਣ ਲਈ ਆਪਾਂ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਔਰ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਚਾਰ ਸਲਾਈਆਂ ਦੇ ਵਿੱਚ ਬਣ ਕੇ ਇਹ ਤਿਆਰ ਹੋ ਜਾਊਗਾ ਤੇ ਇਸ ਡਿਜ਼ਾਈਨ ਨੂੰ ਆਪਾਂ ਪਹਿਣਾ ਦੀ ਕੋਟੀ ਜੈਕਟ ਸਵੈਟਰ ਕੁੜੀਆਂ ਦੇ ਟੌਪਸ ਕੀ ਵੀ ਤੇ ਹਰ ਇੱਕ ਤਰ੍ਹਾਂ ਦੇ ਕਾਰਡੀਗਨ ਤੇ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਤੇ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਪਹਿਲਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਅਗਲੇ ਦੋ ਕੁੰਡੇ ਇਕੱਠੇ ਬੁਣਨੇ ਨੇ ਬੈਕ ਲੂਪ ਤੋਂ ਔਰ ਜਿਹੜਾ ਪਹਿਲਾ ਕੁੰਡਾ ਗਾ ਇਹਨੂੰ ਇੱਕ ਵਾਰੀ ਫੇਰ ਬੁਣ ਲੈਣਾ ਐਸ ਤਰ੍ਹਾਂ ਇਹੀ ਆਪਾਂ ਚਾਰ ਕੁੰਡਿਆਂ ਨੂੰ ਰਿਪੀਟ ਕਰਨਾ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਨੂੰ ਆਪਾਂ ਪਹਿਲਾਂ ਇਕੱਠੇ ਬੁਣਨਾ ਔਰ ਪਹਿਲੇ ਕੁੰਡੇ ਨੂੰ ਇੱਕ ਵਾਰੀ ਆਪਾਂ ਫੇਰ ਬੁਣ ਦੇਣਾ ਦੋ ਕੁੰਡੇ ਸਿੱਧੇ ਦੋ ਕੁੰਡੇ ਆਪਾਂ ਇਕੱਠੇ ਪੁਣਾਂਗੇ। ਔਰ ਪਹਿਲੇ ਕੁੰਡੇ ਨੂੰ ਇੱਕ ਵਾਰੀ ਫੇਰ ਪੁਣਦੇ ਆਂਗੇ। ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਪਾਉਂਦੇ ਜਾਣਾ। ਦੋ ਕੁੰਡੇ ਸਿੱਧੇ ਔਰ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ। ਹੁਣ ਆਗੇ ਆਪਾਂ ਦੂਜੀ ਸਲਾਈ ਤੇ ਬੈਕ ਸਾਈਡ। ਦੂਜੀ ਸਲਾਈ ਦੇਖੋ ਹੁਣ ਆਪਾਂ ਕਿਸ ਤਰ੍ਹਾਂ ਬਣਾਵਾਂਗੇ। ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਕੇ ਜਿਹੜੇ ਦੋ ਕੁੰਡੇ ਆਪਾਂ ਇੱਧਰ ਸਿੱਧੇ ਬਣਾਏ ਸੀ ਉਹ ਦੋ ਕੁੰਡੇ ਹੁਣ ਆਪਾਂ ਉਲਟੇ ਬਣਾਵਾਂਗੇ ਤੇ ਜਿਹੜੇ ਦੋ ਕੁੰਡੇ ਆਪਾਂ ਇਕੱਠੇ ਬੁਨੇ ਸੀ ਦੋ ਕੁੰਡਿਆਂ ਤੋਂ ਦੋ ਕੁੰਡੇ ਬਣਾਏ ਸੀਗੇ ਉਹਨਾਂ ਨੂੰ ਹੁਣ ਆਪਾਂ ਪਹਿਲਾ ਸਲਾਈ ਦੇ ਉੱਪਰ ਇਸ ਤਰ੍ਹਾਂ ਤਾਂ ਗੱਲ ਪੇਟ ਲੈਣਾ ਵਲ ਮਾਰ ਲੈਣਾ ਔਰ ਦੋਨਾਂ ਕੁੰਡਿਆਂ ਨੂੰ ਇਕੱਠੇ ਬੁਨ ਦੇਣਾ ਇਹ ਆਪਣੇ ਦੋ ਦੇ ਦੋ ਕੁੰਡੇ ਹੀ ਰਹਿ ਗਏ ਨੇ ਫੇਰ ਅਗਲੇ ਦੋ ਗੁੰਡੇ ਉਲਟੇ ਸਲਾਈ ਉੱਪਰ ਇਸ ਤਰ੍ਹਾਂ ਤਾਂ ਗੱਲ ਪੇਟਣਾ ਤੇ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਬੈਕ ਸਾਈਡ ਦੀ ਸਾਰੀ ਸਲਾਈ ਇਸੇ ਤਰ੍ਹਾਂ ਪਾਉਣੀ ਹੈ ਦੋ ਕੁੰਡੇ ਉਲਟੇ ਸਲਾਈ ਉੱਪਰ ਤਾਂ ਗੱਲ ਪੇਟ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਅਗਲੇ ਫੇਰ ਦੋ ਕੁੰਡੇ ਉਲਟੇ ਔਰ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਦੋ ਸਲਾਈਆਂ ਬਣ ਗਈਆਂ ਨੇ ਤੀਜੀ ਸਲਾਈ ਤੇ ਆ ਗਏ ਹੁਣ ਆਪਾਂ ਸਿੱਧੇ ਪਾਸੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰੇ ਧਾਗਾ ਪਿੱਛੇ ਕਰ ਲੈਣਾ ਹੁਣ ਆਹ ਵਾਲੇ ਜਿਹੜੇ ਦੋ ਕੁੰਡੇ ਆਪਾਂ ਸਿੱਧੇ ਬਣਾਏ ਸੀ ਇਹਨਾਂ ਨੂੰ ਆਪਾਂ ਦੋਨੋਂ ਇਕੱਠੇ ਬੁਣਨਾ ਇਸ ਤਰ੍ਹਾਂ ਪਹਿਲੇ ਕੁੰਡੇ ਨੂੰ ਫੇਰ ਦੁਬਾਰਾ ਬੁਣ ਦੇਣਾ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਨੇ ਫੇਰ ਫੇਰ ਦੋ ਕੁੰਡੇ ਇਕੱਠੇ ਬੁਣਨੇ ਨੇ ਇੱਕ ਕੁੰਡਾ ਆਪਾਂ ਫੇਰ ਦੁਬਾਰੇ ਬਣਾਉਂਦੇ ਨਾ ਦੋ ਕੁੰਡਿਆਂ ਦੇ ਦੋ ਕੁੰਡੇ ਬਣਾਉਂਦੇ ਜਾਣਾ ਅਗਲੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਚੌਥੀ ਸਲਾਈ ਤੇ ਆ ਗਏ ਬੈਕ ਸਾਈਡ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਕੇ ਹੁਣ ਆਪਾਂ ਇੱਥੇ ਪਹਿਲਾ ਸਲਾਈ ਦੇ ਉੱਪਰ ਤਾਂ ਗੱਲ ਢੇਟਣਾ ਦੋ ਕੁੰਡਿਆਂ ਨੂੰ ਇਕੱਠੇ ਬੁੰਨ ਅਗਲੇ ਦੋ ਕੁੰਡੇ ਉਲਟੇ ਫੇਰ ਸਲਾਈ ਉੱਪਰ ਤਾਂ ਗੱਲ ਢੇਟਣਾ ਦੋਨਾਂ ਕੁੰਡਿਆਂ ਨੂੰ ਇਕੱਠੇ ਪਾਉਂਦੇ ਨੇ ਅਗਲੇ ਦੋ ਕੁੰਡੇ ਉਲਟੇ ਸਲਾਈ ਉੱਪਰ ਤਾਂ ਗੱਲ ਬੇਟਣਾ ਔਰ ਦੋਨੇ ਕੁੰਡੇ ਇਕੱਠੇ ਬਾਉਂਦੇ ਨੇ ਦੋ ਕੁੰਡੇ ਹੀ ਉਲਟੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਜੀ ਬਣਾਉਣਾ ਵੀ ਬਹੁਤ ਆਸਾਨ ਆ ਹਰ ਕੋਈ ਇਹਨੂੰ ਬੜੀ ਆਸਾਨੀ ਨਾਲ ਬਣਾ ਲੂਗਾ ਤੇ ਬਣਿਆ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਐਸ ਤਰ੍ਹਾਂ ਚਾਰ ਸਲਾਈਆਂ ਬਣਾ ਲਈਆਂ ਨੇ ਹੁਣ ਸਿੱਧੇ ਪਾਸੇ ਆ ਗਏ ਪਹਿਲੀ ਸਲਾਈ ਤੋਂ ਆਪਾਂ ਫੇਰ ਦੁਬਾਰਾ ਇਸ ਡਿਜ਼ਾਈਨ ਨੂੰ ਰਿਪੀਟ ਕਰਦੇ ਆ ਪਹਿਲੇ ਦੋ ਕੁੰਡੇ ਸਿੱਧੇ ਬੁਣ ਕੇ ਅਗਲੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਨਾ ਐਸ ਤਰ੍ਹਾਂ ਦੋ ਕੁੰਡਿਆਂ ਦੇ ਦੋ ਕੁੰਡੇ ਬਣਾਉਂਦੇ ਜਾਣਾ ਸਿੱਧੇ ਪਾਸੇ ਆ ਕੇ ਹਰੇਕ ਵਾਰੀ ਆਪਣਾ ਇਹ ਕੁੰਡਿਆਂ ਦਾ ਡਿਜ਼ਾਈਨ ਆ ਜਿਹੜਾ ਚੇਂਜ ਹੁੰਦਾਗਾ ਤੇ ਬਣਾਉਣਾ ਆਪਾਂ ਸੇਮ ਹੀ ਆ ਬੈਕ ਸਾਈਡ ਦੀ ਸਲਾਈ ਵੀ ਸੇਮ ਬਣਦੀ ਆ ਔਰ ਸਿੱਧੇ ਪਾਸੇ ਦੀ ਵੀ ਪਹਿਲਾ ਕੁੰਡਾ ਬਿਨਾ ਬੁਨੇ ਉਤਾਰੇ ਦੋ ਕੁੰਡੇ ਉਲਟੇ ਸਲਾਈ ਉੱਪਰ ਤਾਂ ਗੱਲ ਬਿਟਣਾ ਔਰ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਅਗਲੇ ਫੇਰ ਦੋ ਕੁੰਡੇ ਉਲਟੇ ਸਲਾਈ ਉੱਪਰ ਤਾਂ ਗੱਲ ਭੇਟ ਕੇ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਅਗਲੇ ਫੇਰ ਆਪਣੇ ਦੋ ਕੁੰਡੇ ਉਲਟੇ ਸਲਾਈ ਉੱਪਰ ਤਾਂ ਗੱਲ ਭੇਟ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਫੇਰ ਫੇਰ ਆਪਣੇ ਦੋ ਕੁੰਡੇ ਉਲਟੇ ਔਰ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਜੀ ਆਪਾਂ ਸਿੱਧੇ ਪਾਸੇ ਹੋਂ ਤਾਗਾ ਪਿੱਛੇ ਕਰ ਲੈਣਾ ਪਹਿਲਾਂ ਆਪਾਂ ਦੋ ਕੁੰਡੇ ਸਿੱਧੇ ਬਣਾਏ ਸੀ ਹੁਣ ਇਹ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਨ ਬਸ ਹਰੇਕ ਵਾਰੀ ਆਪਾਂ ਦੋ ਕੁੰਡਿਆਂ ਦਾ ਜਿਹੜਾ ਡਿਜ਼ਾਈਨ ਹੈ ਇਹ ਚੇਂਜ ਕਰਦੇ ਜਾਣਾ ਤੇ ਬਹੁਤ ਹੀ ਇੱਕ ਸ਼ਾਨਦਾਰ ਆਪਾਂ ਡਿਜ਼ਾਈਨ ਤਿਆਰ ਕਰਦੇ ਜਾਵਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਜੀ ਇਹ

ਦੋ ਕੁੰਡੇ ਉਲਟੇ ਸਲਾਈ ਉੱਪਰ ਧਾਗਾ ਕਮਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਦੀਆਂ ਸਾਰੀਆਂ ਸਲਾਈਆਂ ਸੇਮ ਉਸੇ ਤਰ੍ਹਾਂ ਸਿੱਧੇ ਪਾਸੇ ਦੀਆਂ ਵੀ ਸਾਰੀਆਂ ਸਲਾਈਆਂ ਸੇਮ ਉਸੇ ਤਰ੍ਹਾਂ ਹੀ ਬਣਦੀਆਂ ਜਾਣਗੀਆਂ ਬਸ ਕੁੰਡੇ ਆਪਣੇ ਚੇਂਜ ਹੁੰਦੇ ਜਾਣਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਤੇ ਦੇਖੋ ਇਹ ਡਿਜ਼ਾਈਨ ਆਪਣਾ ਬਣ ਕੇ ਤਿਆਰ ਇਹੀ ਚਾਰ ਸਲਾਈਆਂ ਨੂੰ ਆਪਾਂ ਬਣਾਉਂਦੇ ਜਾਣਾ ਵਾਰ-ਵਾਰ ਤੇ ਦੇਖੋ ਇਹ ਡਿਜ਼ਾਈਨ ਆਪਣਾ ਕਿੰਨਾ ਸੋਹਣਾ ਬਣਦਾ ਜਾਂਦਾ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਇਸ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਮੇਰਾ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ